ਜੀ ਮੇਰੀ ਫਿਲਮ ਹੈ ਯੂਟਿਊਬ ਤੇ ਪਾ ਦਵਾਂ ਲੱਖ ਬੰਦਾ ਦੇਖ ਲੂਗਾ ਮੇਰੀ ਰਿਕਵਰੀ ਹੋਣੀ ਘੱਟੋ ਘੱਟ 2-4 ਕਰੋੜ ਲੋਕ ਦੇਖਣਗੇ ਤਾਂ ਯੂਟਿਊਬ ਤੇ ਰਿਕਵਰੀ ਆ ਪਰ ਇੱਥੇ ਸਿਨੇਮੇ ਵਿੱਚ 2-4 ਲੱਖ ਲੋਕ ਦੇਖ ਲੈਣਗੇ ਤਾਂ ਮੇਰੀ ਰਿਕਵਰੀ ਆ ਹੁਣ 2 ਕਰੋੜ ਲਿਖਣ ਦੇ ਲਈ 2 ਕਰੋੜ ਔਰਗੈਨਿਕਲੀ ਲੋਕ ਵੇਖਣ ਇਹ ਨਹੀਂ ਕਿ ਮੈਂ ਐਡ ਲਾ ਕੇ ਵਿਖਾਵਾਂ ਉਹ ਲੋਕ ਵੇਖਣ ਤਾਂ ਮੇਰੀ ਫਿਲਮ ਦੀ ਰਿਕਵਰੀ ਆ ਹੁਣ ਇਸ ਵੇਲੇ ਪੰਜਾਬ ਦੇ ਵਿੱਚ 2 ਫਿਲਮਾਂ ਲੱਗੀਆਂ ਹੁੰਦੀਆਂ ਇੱਕ ਹਿੰਦੀ ਫਿਲਮ ਆ ਉਹਦੇ ਕਰਕੇ ਮੇਰੀ ਪੰਜਾਬੀ ਫਿਲਮ ਨੂੰ ਖਤਰਾ ਆ ਹੁਣ ਪੰਜਾਬਦਿਆਂ ਨੂੰ ਮੇਰੀ ਅਪੀਲ ਹੈ ਕਿ ਪਲੀਜ਼ ਮੇਰੀ ਪੰਜਾਬੀ ਫਿਲਮ ਨੂੰ ਖਤਰਾ ਆ ਤੁਹਾਡੇ ਨੇੜੇ ਦੇ ਸਿਨੇਮਾ ਵਿੱਚ ਉਹਨਾਂ ਨੂੰ ਦੱਸੋ ਕਿ ਮੇਰੀ ਪੰਜਾਬੀ ਫਿਲਮ ਆ ਮੈਂ ਇਸ ਤਰੀਕ ਨੂੰ ਮਿੱਥੀ ਹੋਈ ਆ ਮੈਂ ਕਾਹਤੇ ਅੱਗੇ 'ਚ ਕਰਾਂ ਕਹਿੰਦੇ ਆ ਕਿ ਪੰਜਾਬੀ ਪੰਜਾਬ 'ਚ ਉਹ ਫਿਲਮ ਪੀਕ 'ਤੇ ਆ ਚਲੋ ਵਧੀਆ ਗੱਲ ਆ ਬਟ ਉਹ ਪੀਕ ਕਰਕੇ ਤੁਹਾਡੇ ਪੰਜਾਬ ਦੀ ਭਾਸ਼ਾ ਦੀ ਫਿਲਮ ਨੂੰ ਖਤਰਾ ਆ ਤੁਸੀਂ ਕਾਹਤੇ ਪੀਕ 'ਤੇ ਲੈ ਕੇ ਜਾ ਰਹੇ ਆ ਫਿਰ ਤੁਸੀਂ ਜੇ ਹਿੰਦੀ ਦੀ ਗੱਲ ਕਰ ਦਿੰਦਾ ਤਾਂ ਤੁਸੀਂ ਉਹਨੂੰ ਗਾਲਾਂ ਕੱਢਦੇ ਆ ਫਿਰ ਉਹ ਉਹ ਉਹਨਾਂ ਨੂੰ ਨਹੀਂ ਚਾਹੀਦਾ ਸੀ ਉਹ ਫਿਰ ਕਦੇ ਵੀ ਨਹੀਂ ਚਾਹੀਦਾ ਸੀ ਉਹਨਾਂ ਨੂੰ ਗਾਲਾਂ ਕੱਢਣੀਆਂ ਮੈਂ ਆਪਦੀ ਪੰਜਾਬੀ ਫਿਲਮ ਲੈ ਕੇ ਆਇਆ ਮੈਨੂੰ ਮੈਂ ਤਰੀਕ ਮਿੱਥੀ ਹੋਈ ਹੈ ਜੀ ਮੈਂ ਤਾਂ ਅੱਗੇ ਜਾਵਾਂ ਅੱਗੇ ਵੀ ਕਹਿੰਦੇ ਅੱਗੇ ਜਾ ਕੇ ਘੁਲ ਲਾ ਫਿਰ ਅੱਗੇ ਕਾਹਦੇ ਘੁਲ ਅੱਗੇ ਕਾਹਦੇ ਘੁਲਾਂ ਫਿਰ ਉਹ ਵੀ ਤਕੜੇ ਆ ਕਹਿੰਦੇ OTT 'ਤੇ ਵੀ ਪਿੱਚ ਕਰਕੇ ਵੇਖ ਲਈ ਉੱਥੇ ਵੀ ਘੜਾਮ ਚੌਧਰੀ ਬੈਠੇ ਆ ਕੋਈ ਹੈ ਨਹੀਂ ਗਾ ਮਤਲਬ ਉਹ ਨਹੀਂ ਵਧੀਆ ਹੈਗਾ ਲੱਗਦਾ ਚੌਧਰੀ ਨਹੀਂ ਤੁਸੀਂ ਆਪਦਾ ਕੰਮ ਵਧੀਆ ਵਫਾਦਾਰੀ ਨਾਲ ਕਰੋ ਜੇ ਕੋਈ ਸੋਹਣਾ ਚੀਜ਼ ਬਣਾਈ ਹੈ ਉਹਨੂੰ ਆਉਣ ਦਿਓ ਜੀ ਬੋਲੀਵੁੱਡ ਦੀ ਫਿਲਮ ਆਈ ਸੀ ਵੱਡੇ ਬਹੁਤ ਵੱਡੇ ਕਲਾਕਾਰ ਨਾਲ ਬੋਲੀਵੁੱਡ ਦੇ ਜਿਹੜੇ ਮਤਲਬ ਜਿਹੜੇ ਵੀ ਫਿਲਮਾਂ ਖਾ ਲੈਂਦੇ ਆ ਤਾਂ ਮੈਂ ਉਹਨਾਂ ਨੂੰ ਮਨਾ ਕੀਤਾ ਉਹਨਾਂ ਨੂੰ ਅਖੀਰ ਉਹ ਮੇਰੇ ਪਿੱਛੇ ਪਏ ਸੀ ਕਿ ਮੈਂ ਉਦੋਂ ਫਿਲਮ ਕਰਨੀ ਸੀ ਮੈਂ ਕਿਹਾ ਨਹੀਂ ਕਰ ਸਕਦਾ ਉਹ ਮੈਂ ਉਹਨਾਂ ਨੇ ਕਿਹਾ ਕਿ ਮੇਰੀ ਡੱਬਿੰਗ ਕਰਾਉਣੀ ਪੈਣੀ ਮੇਰੀ ਪੰਜਾਬੀ ਵਧੀਆ ਪੰਜਾਬੀ ਹਿੰਦੀ ਐਕਸੈਂਟ ਮੇਰੀ ਵਧੀਆ ਨਹੀਂ ਹੈਗੀ ਹੁਣ ਵੀ ਮੇਰੇ ਤੋਂ ਆਏ ਹੋਏ ਆ ਵੱਡੇ ਕਲਾਕਾਰ ਦੇ ਨਾਲ ਮੈਨੂੰ ਇਹ ਮੇਨ ਵਿਲਨ ਦਾ ਫਿਲਮ ਦੀ ਵੈਬ ਸੀਰੀਜ਼ ਆ ਹੌਟ ਸਟਾਰ ਦੀ ਵੈਬ ਸੀਰੀਜ਼ ਆ ਉਹਦੇ 'ਚ ਮੇਨ ਵਿਲਨ ਦਾ ਆਡੀਸ਼ਨ ਮੰਗਦੇ ਆ ਮੈਂ ਉਹਨਾਂ ਨੂੰ ਕਿਹਾ 10 ਤਰੀਕ ਤੋਂ ਬਾਅਦ ਕਰ ਸਕਦਾ ਮੈਂ ਉੱਧਰ ਪੰਜਾਬ ਵਾਲੇ ਵੀ ਕਸੂਰਵਾਰ ਨੇ ਜੀ ਅਸੀਂ ਕਸੂਰਵਾਰ ਹਾਂ ਕਿ ਤੁਹਾਡੇ 'ਤੇ ਆ ਕੇ ਕੋਈ ਰਾਜ ਕਿਵੇਂ ਕਰੇ ਹੈਨਾ ਜੇ ਕੋਈ ਮਾੜਾ ਮੋਟਾ ਕਰ ਜਾਂਦਾ ਤੁਸੀਂ ਉਹਨੂੰ ਗਾਲਾਂ ਕੱਢਦੇ ਆ ਹੁਣ ਉਹ ਇਹਦੇ 'ਚ ਫਿਲਮ ਦੇਖ ਲਿਓ ਜਿਹੜੀ ਲੱਗੀ ਹੋਈ ਆ ਉਹਦੇ ਵਿੱਚ ਇੱਕ ਸਿੱਖ ਆ ਮੁੰਡਾ ਮੂਹਰੇ ਹੀਰੋ ਜਿਹੜਾ ਸਿਗਰਟਾਂ ਪੀਂਦਾ ਜਾ ਰਿਹਾ ਅਤੇ ਪਿੱਛੇ ਸਿੱਖ ਮੁੰਡੇ ਪੱਗਾਂ ਬੰਨ੍ਹ ਕੇ ਤੁਰੇ ਜਾ ਰਹੇ ਆ ਹੁਣ ਜੇ ਮੈਂ ਇਹੀ ਕਰ ਦੇਵਾਂ ਮੈਨੂੰ ਗਾਲਾਂ ਪੈਣਗੀਆਂ ਉਹਨਾਂ ਨੂੰ ਕਿਉਂ ਨਹੀਂ ਕੁਛ ਕਿਹਾ ਗਿਆ ਉਹਦੀ ਫਿਲਮ ਉਹਨਾਂ ਨੂੰ ਕਾਹਤੇ ਵੇਖੀ ਜਾ ਰਿਹਾ ਮੇਰੀ ਫਿਲਮਾਂ ਨੂੰ ਵੀ ਵੇਖਣ ਪਲੀਜ਼ ਯਾਰ ਮੈਨੂੰ ਸਿਨੇਮਾ ਚਾਹੀਦੀ ਆ ਜੀ ਬਸ ਮੇਰੀ ਇੰਨਾ ਹੀ ਆ ਮੇਰੀ ਲੜਾਈ ਇਹ ਆ ਜੀ ਹੁਣ ਦੇਸੀ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਮਰਨ ਹੰਸ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਅੱਜ ਸਾਡੇ ਨਾਲ ਫਰੇਮ ਦੇ ਵਿੱਚ ਹਾਰਪ ਫਾਰਮਰ ਮੌਜੂਦ ਨੇ ਜਿਨ੍ਹਾਂ ਦੀਆਂ ਤਸਵੀਰਾਂ ਜਾਂ ਜਿਨ੍ਹਾਂ ਦੇ ਗਾਣੇ ਅਸੀਂ ਅਕਸਰ ਦੇਖੇ ਨੇ ਅਤੇ ਫਿਲਮ ਲੈ ਕੇ ਆ ਰਹੇ ਨੇ ਜੀ ਗੱਲਬਾਤ ਕਰਾਂਗੇ ਅਤੇ ਮੈਂ ਇਹ ਨਹੀਂ ਕਹਿ ਰਹੀ ਉਹਨਾਂ ਦੀ ਫਿਲਮ ਆ ਰਹੀ ਹੈ ਫਿਲਮ ਲੈ ਕੇ ਆ ਰਹੇ ਨੇ ਹਾਰਪ ਫਾਰਮਰ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਮੈਂ ਲੈ ਕੇ ਆ ਰਿਹਾ ਜੀ ਕਿਸੇ ਦੀ ਫਿਲਮ ਨਹੀਂ ਆਉਂਦੀ ਹੁੰਦੀ ਜੀ ਸੱਚੀ ਗੱਲ ਆ ਕਿਸੇ ਦੀ ਫਿਲਮ ਆਉਂਦੀ ਨਹੀਂ ਹੁੰਦੀ ਉਹ ਲੈ ਕੇ ਹੀ ਆਉਂਦਾ ਹੁੰਦਾ ਮੈਂ ਇਕੱਲਾ ਨਹੀਂ ਐਵਰੀਬੋਡੀ ਜਿੰਨਾ ਵੀ ਕੋਈ ਫਿਲਮ ਸਾਰੇ ਹਰੇਕ ਕਿੱਤੇ ਦੇ ਵਿੱਚ ਦੁਨੀਆ ਦੇ ਜਿੰਨੇ ਵੀ ਕਿੱਤੇ ਉਹਦੇ 'ਚ ਕਿਸ ਦਾ ਕੁਛ ਨਹੀਂ ਆਉਂਦਾ ਉਹ ਲੈ ਕੇ ਹੀ ਆਉਂਦਾ ਜੀ ਉਹ ਲੈ ਕੇ ਆਉਂਦਾ ਇਸ ਜਿਹੜਾ ਅਸੀਂ ਜਿੱਥੇ ਖੜ੍ਹੇ ਧਰਤੀ ਕਾਇਨਾਤ ਦੇ ਮਾਧਿਅਮ ਰਾਹੀਂ ਉਹ ਬੇਸਿਕਲੀ ਆਪ ਕਹਿ ਦਿੰਦਾ ਕਿ ਮੈਂ ਲੈ ਕੇ ਆਇਆ ਬਟ ਉਹ ਨਹੀਂ ਲੈ ਕੇ ਆਉਂਦਾ ਕੁਦਰਤ ਵੱਲੋਂ ਹੱਲ ਕੀਤੇ ਜਾਂਦੇ ਆ ਹਾਂਜੀ ਮੈਂ ਵੀ ਹੱਲ ਕੁਦਰਤ ਉਹ ਮੈਨੂੰ ਦੱਸ ਰਹੀ ਕਿ ਆਹ ਹੱਲ ਐਵੇਂ ਹੱਲ ਆ ਸੋ ਮੈਂ ਹੱਲ ਕੱਢਣ ਦੀ ਕੋਸ਼ਿਸ਼ 'ਚ ਹਾਂ ਜੀ ਕੁਝ ਦਿਨ ਪਹਿਲਾਂ ਹਰ ਫਾਰਮਰ ਇੱਕ ਪੋਸਟ ਪਾਉਂਦੇ ਨੇ ਕਿ ਮੇਰੀ ਪੰਜਾਬੀ ਫਿਲਮ ਹੈ ਮੈਂ 8 ਦਸੰਬਰ ਨੂੰ ਰਿਲੀਜ਼ ਕਰਨੀ ਹੈ ਰਜ਼ਾ ਇਸ਼ਕ ਪਰ ਮੇਰੇ ਕੋਲ ਸ਼ੋਜ਼ ਨਹੀਂ ਹੈਗੇ ਸੋਸ਼ਲ ਮੀਡੀਆ 'ਤੇ ਪੋਸਟ ਸਾਹਮਣੇ ਆਉਂਦੀ ਹੈ ਨਾ ਸੋ ਉਸ ਤੋਂ ਬਾਅਦ ਲੋਕਾਂ ਦੇ ਕਿੰਨੇ ਮੈਸੇਜ ਆਏ ਕਿਹੜੀ ਸਪੋਰਟ ਹੈਗੀ ਇਸ ਤਰ੍ਹਾਂ ਦੀ ਆਡੀਅੰਸ ਵੱਲੋਂ ਦੀ ਲੋਕ ਤਾਂ ਕਹਿੰਦੇ ਅਸੀਂ ਤੁਹਾਡੇ ਨਾਲ ਆ ਉਹ ਕਈ ਕਹਿੰਦੇ ਤੁਸੀਂ ਯੂਟਿਊਬ 'ਤੇ ਯੂਟਿਊਬ ਆਪਣੀ ਰਿਕਵਰੀ ਨਹੀਂ ਕਰ ਸਕਦਾ ਜੀ ਰਿਕਵਰੀ ਮਤਲਬ ਇੱਦਾਂ ਨਹੀਂ ਹੁੰਦਾ ਇਹ ਪ੍ਰੋਜੈਕਟਾਂ ਲਈ ਮੈਨੂੰ 1-2 ਸਾਲ ਵੇਟ ਕਰਨੀ ਪਊਗੀ ਮੈਨੂੰ ਪਤਾ ਨਹੀਂ ਕਿੰਨੀ ਕੁ ਦੇਖਣਗੇ ਜੇ ਮੇਰੀ ਫਿਲਮ ਹੈ ਯੂਟਿਊਬ 'ਤੇ ਪਾ ਦੇਵਾਂ ਲੱਖ ਬੰਦਾ ਦੇਖ ਲੂਗਾ ਮੇਰੀ ਰਿਕਵਰੀ ਹੋਣੀ ਘੱਟੋ ਘੱਟ 2-4 ਕਰੋੜ ਲੋਕ ਦੇਖਣਗੇ ਤਾਂ ਯੂਟਿਊਬ 'ਤੇ ਰਿਕਵਰੀ ਆ ਪਰ ਇੱਥੇ ਸਿਨੇਮੇ ਵਿੱਚ 2-4 ਲੱਖ ਲੋਕ ਦੇਖ ਲੈਣਗੇ ਤਾਂ ਮੇਰੀ ਰਿਕਵਰੀ ਆ ਹੈਨਾ ਜੀ ਹੁਣ 2 ਕਰੋੜ ਲਿਖਣ ਦੇ ਲਈ 2 ਕਰੋੜ ਔਰਗੈਨਿਕਲੀ ਲੋਕ ਵੇਖਣ ਇਹ ਨਹੀਂ ਕਿ ਮੈਂ ਐਡ ਲਾ ਕੇ ਵਿਖਾਵਾਂ ਉਹ ਲੋਕ ਵੇਖਣ ਤਾਂ ਮੇਰੀ ਫਿਲਮ ਦੀ ਰਿਕਵਰੀ ਆ ਮੈਨੂੰ ਪਰਸਨਲੀ ਲੱਗਦਾ ਜਦੋਂ ਕੋਈ ਪੰਜਾਬੀ ਫਿਲਮ ਰਿਲੀਜ਼ ਹੁੰਦੀ ਹੈ ਅਤੇ ਉਹਦੇ ਨਾਲ ਜਦੋਂ ਕਿਸੇ ਬਾਲੀਵੁੱਡ ਦੀ ਵੱਡੀ ਫਿਲਮ ਦਾ ਕਲੈਸ਼ ਹੋ ਜਾਂਦਾ ਹੈ ਨਾ ਅਕਸਰ ਦੇਖਦੇ ਹਾਂ ਕਿ ਪੰਜਾਬੀ ਫਿਲਮਾਂ ਚੁੱਪਚਾਪ ਅੱਗੇ ਡੇਟ ਕਰ ਲੈਂਦੀਆਂ ਨੇ ਪਰ ਇਹ ਰੈਬੈਲੀਅਨ ਨੇਚਰ ਹੈ ਜਿਹੜਾ ਅਤੇ ਇਹ ਕੌਨਫੀਡੈਂਸ ਹੈ ਵੀ ਆ ਕੇ ਬੋਲਣਾ ਨਹੀਂ ਮੇਰੀ ਫਿਲਮ ਦੀ ਇਹ ਡੇਟ ਸੀ ਅਤੇ ਮੈਨੂੰ ਇਹ ਸ਼ੋਜ਼ ਚਾਹੀਦੇ ਨੇ ਇਹਦੇ ਪਿੱਛੇ ਕੀ ਕਾਰਨ ਹੈ ਔਰ ਕਿਵੇਂ ਤੁਸੀਂ ਇਸ ਚੀਜ਼ ਨੂੰ ਫੇਸ ਕਰ ਰਹੇ ਹੋ ਕਿਵੇਂ ਮੇਨਟੇਨ ਕਰ ਦੇਖੋ ਜੀ ਪੰਜਾਬ ਦੇ ਵਿੱਚ ਕੀ ਆ ਪੰਜਾਬੀ ਫਿਲਮ ਹੈ ਜੀ ਮੇਰੀ ਤੁਸੀਂ ਬਾਕੀ ਸਟੇਟਾਂ ਵਿੱਚ ਅਸੀਂ ਪੰਜਾਬ ਦੇ ਲੋਕ ਅਕਸਰ ਇਹ ਕਹਿੰਦੇ ਹਾਂ ਕਿ ਅਸੀਂ ਪੰਜਾਬੀ ਨੂੰ ਬਹੁਤ ਸਾਡੀ ਪੰਜਾਬੀ ਖਤਰਾ ਆ
ਹੁਣ ਇਸ ਵੇਲੇ ਪੰਜਾਬ ਦੇ ਵਿੱਚ ਦੋ ਫਿਲਮਾਂ ਲੱਗੀਆਂ ਹੁੰਦੀਆਂ, ਇੱਕ ਹਿੰਦੀ ਫਿਲਮ ਆ, ਉਹਦੇ ਕਰਕੇ ਮੇਰੀ ਪੰਜਾਬੀ ਫਿਲਮ ਨੂੰ ਖਤਰਾ ਆ। ਹੁਣ ਪੰਜਾਬਦਿਆਂ ਨੂੰ ਮੇਰੀ ਅਪੀਲ ਹੈ ਕਿ ਪਲੀਜ਼ ਮੇਰੀ ਪੰਜਾਬੀ ਫਿਲਮ ਨੂੰ ਖਤਰਾ ਆ, ਤੁਹਾਡੇ ਨੇੜੇ ਦੇ ਸਿਨੇਮਾ ਵਿੱਚ ਉਹਨਾਂ ਨੂੰ ਦੱਸੋ ਕਿ ਮੇਰੀ ਪੰਜਾਬੀ ਫਿਲਮ ਆ, ਮੈਂ ਇਸ ਤਰੀਕ ਨੂੰ ਮਿੱਥੀ ਹੋਈ ਆ, ਮੈਂ ਕਾਹਤੇ ਅੱਗੇ ਚ ਕਰਾਂ। ਉਹ ਕਹੀ ਜਾਂਦੇ ਕਿ ਮੱਲ ਅਖਾੜੇ 'ਚ ਤਕੜਾ ਆ, ਉਹਨਾਂ ਨੂੰ ਮੇਰੀ ਪ੍ਰੈਕਟਿਸ, ਫਿਰ ਉਹਨਾਂ ਨੂੰ ਕਿਹਾ ਕਿ ਚਲੋ ਅੱਗੇ ਤਰੀਕ ਕਰ ਲੈਂਦੇ ਤੁਸੀਂ ਪੁੱਛ, ਮੈਂ ਉਹਨਾਂ ਤੋਂ ਆਪਸ਼ਨ ਪੁੱਛ, ਕਹਿੰਦੇ ਆ ਮੈਂ ਕਿ ਅੱਗੇ ਸ਼ੋਜ਼ ਮਿਲ ਜੂ, ਨਹੀਂ ਪਤਾ। ਹੁਣ ਮਹਾਰਾਸ਼ਟਰ 'ਚ ਮੈਨੂੰ ਕੱਲ੍ਹ ਦੱਸਿਆ ਮੇਰੇ ਮਿੱਤਰ ਨੇ ਕਿ ਮਹਾਰਾਸ਼ਟਰ ਵਿੱਚ ਉਹ ਆਪਣੀ ਲੈਂਗੁਏਜ ਨੂੰ ਇੰਨਾ ਪਿਆਰ ਕਰਦੇ, ਜੇ ਮਹਾਰਾਸ਼ਟਰ ਵਿੱਚ ਕੋਈ ਵੀ ਹੋਵੇ ਕਿਸੇ ਵੀ ਹੋਲੀਵੁੱਡ ਦੀ ਭਾਵੇਂ ਲੱਗੀ ਹੋਵੇ, ਜੇ ਉਹ ਉਹਨਾਂ ਦੀ ਤਰੀਕ ਵਿੱਚ ਉਹਨਾਂ ਦੀ ਲੈਂਗੁਏਜ ਮਰਾਠੀ ਫਿਲਮ ਆਉਂਦੀ ਹੈ, ਉਹ ਤਿੰਨ ਸ਼ੋਅ ਮਿਨੀਮਮ ਮਿਲਣੇ ਮਿਲਣੇ ਉਹਨਾਂ ਨੂੰ, ਮੈਨੂੰ ਇੱਕ ਵੀ ਨਹੀਂ ਮਿਲ ਰਿਹਾ ਜੀ। ਸੋ ਜਿਵੇਂ ਇਹ ਗੱਲ ਕੀਤੀ ਵੀ ਹਾਂ ਓਰੀਜਨਲ ਸਿਨੇਮਾ ਵਾਲੀ, ਜਿਵੇਂ ਸਾਊਥ ਦੀ ਗੱਲ ਕਰੀਏ, ਤਾਮਿਲ, ਤੇਲਗੂ, ਮਲਿਆਲਮ, ਉਹਨਾਂ ਦੇ ਲੋਕ ਜੇ ਸਾਊਥ ਦੀ ਕੋਈ ਫਿਲਮ ਆਉਂਦੀ ਉਹਨਾਂ ਨੇ ਮਿੱਥੇ ਆਉਂਦਾ ਕਿ ਪਹਿਲਾਂ ਇਹ ਫਿਲਮ ਦੇਖਣੀ ਹੈ। ਤੁਸੀਂ ਇਹ ਦੇਖੋ ਜਿਹੜੀ ਇੱਥੇ ਫਿਲਮ ਲੱਗੀ ਹਿੰਦੀ, ਉਸੇ ਹਿੰਦੂ ਨੂੰ ਉਹਨਾਂ ਦੀ ਭਾਸ਼ਾ 'ਚ ਉਹਨਾਂ ਨੇ ਡੱਬ ਕਰਕੇ ਦਿਖਾਇਆ, ਤੁਹਾਡੀ ਭਾਸ਼ਾ 'ਚ ਕਾਹਤੇ ਨਹੀਂ ਦਿਖਾਇਆ ਤੁਹਾਨੂੰ, ਲੈਂਗੁਏਜ ਵੈਸੇ ਹੀ ਖਤਰਾ ਆ। ਸੱਚੀ ਉਹ ਚਾਲ ਖੇਡਦੇ ਪਏ ਆ, ਉਹਨੂੰ ਕਿਉਂ ਬੰਦ ਕਰੇ ਯਾਰ, ਉਹ ਖਤਰਾ ਆ। ਸੋ ਮੇਰੀ ਪੰਜਾਬ ਵਾਲਿਆਂ ਨੂੰ ਇਹੀ ਗੁਜ਼ਾਰਿਸ਼ ਆ, ਰਿਕੁਐਸਟ ਆ, ਬੇਨਤੀ ਆ, ਅਰਦਾਸ ਆ, ਡੰਡੋਤ ਵੰਦਨਾ ਆ, ਹੈ ਨਾ, ਜੋ ਵੀ ਉਹ ਮੰਨਣਾ ਚਾਹੁੰਦੇ ਆ ਕਿ ਪਲੀਜ਼ ਗੱਲਾਂ ਨਾ ਕਰੋ, ਇੱਦਾਂ ਨਾ ਕਰੋ। ਹੁਣ ਤੁਸੀਂ ਫਿਲਮ ਦੇਖਣ ਜਾ ਰਹੇ ਹੋ, ਮੈਂ ਬੋਲੀਵੁੱਡ ਉੱਥੇ ਦੇ ਡਿਸਟ੍ਰੀਬਿਊਟਰ ਤੱਕ ਅਪਰੋਚ ਕਰ ਲਈ, ਕਹਿੰਦੇ ਆ ਕਿ ਪੰਜਾਬੀ ਪੰਜਾਬ 'ਚ ਉਹ ਫਿਲਮ ਪੀਕ 'ਤੇ ਆ, ਚਲੋ ਵਧੀਆ ਗੱਲ ਆ, ਬਟ ਉਹ ਪੀਕ ਕਰਕੇ ਤੁਹਾਡੇ ਪੰਜਾਬ ਦੀ ਭਾਸ਼ਾ ਦੀ ਫਿਲਮ ਨੂੰ ਖਤਰਾ ਆ, ਤੁਸੀਂ ਕਾਹਤੇ ਪੀਕ 'ਤੇ ਲੈ ਕੇ ਜਾ ਰਹੇ ਆ। ਫਿਰ ਤੁਸੀਂ ਜੇ ਹਿੰਦੀ ਦੀ ਗੱਲ ਕਰ ਦਿੰਦਾ ਤਾਂ ਤੁਸੀਂ ਉਹਨੂੰ ਗਾਲਾਂ ਕੱਢਦੇ ਆ, ਫਿਰ ਉਹ ਉਹ ਉਹਨਾਂ ਨੂੰ ਨਹੀਂ ਚਾਹੀਦਾ ਜੀ, ਉਹ ਫਿਰ ਕਦੇ ਵੀ ਨਹੀਂ ਚਾਹੀਦਾ ਸੀ ਉਹਨਾਂ ਨੂੰ ਗਾਲਾਂ ਕੱਢਣੀਆਂ। ਹਿਪੋਕ੍ਰੇਸੀ ਲੱਗਦੀ ਹੈ ਤੁਹਾਨੂੰ ਵੀ? ਹੈਗੀ ਆ ਜੀ, ਮਤਲਬ ਅਸੀਂ ਪੰਜਾਬ ਦੇ ਲੋਕ ਇੱਦਾਂ ਦੇ ਹੀ ਹਾਂ ਜੀ, ਆਪਾਂ ਕਿਤੇ ਨਾ ਕਿਤੇ, ਬਟ ਮੈਂ ਆਪਦੀ ਪੰਜਾਬੀ ਫਿਲਮ ਲੈ ਕੇ ਆਇਆ, ਮੈਨੂੰ ਮੈਂ ਤਰੀਕ ਮਿੱਥੀ ਹੋਈ ਹੈ ਜੀ, ਮੈਂ ਤਾਂ ਅੱਗੇ ਜਾਵਾਂ, ਅੱਗੇ ਵੀ ਕਹਿੰਦੇ ਅੱਗੇ ਜਾ ਕੇ ਘੁਲ ਲਾ, ਫਿਰ ਅੱਗੇ ਕਾਹਦੇ ਘੁਲ, ਅੱਗੇ ਕਾਹਦੇ ਘੁਲਾਂ, ਫਿਰ ਉਹ ਵੀ ਤਕੜੇ ਆ ਕਹਿੰਦੇ। ਹਾਂਜੀ, ਫਿਰ ਮੈਨੂੰ ਇਹ ਆ ਕਿ ਮੇਰੀ ਫਿਲਮ ਹੈਗੀ ਆ, ਪਲੀਜ਼ ਲੈਟ ਮੀ ਰਿਲੀਜ਼, ਇੱਕ ਮਿੱਥੀ ਹੋਏ ਮੈਂ ਵਿਹਲਾ ਹੋਵਾਂ ਜੀ, ਮੈਂ ਅਰੇ ਮੈਂ ਵਿਹਲਾ ਹੋਵਾਂ, ਮੈਂ ਵੀ ਵਿਹਲਾ ਹੋ ਕੇ ਬੈਠਾ, ਹੈ ਨਾ ਜੀ, ਮੇਰੀ ਫਿਲਮ ਆ, ਮੈਂ ਵਿਹਲਾ ਹੋ ਕੇ ਬਹਿ ਜਾਵਾਂ ਜੀ, ਮੇਰੀ ਫਿਲਮ ਲੱਗੀ ਹੋਈ ਆ, ਮੈਂ ਕਹਾਂ ਲੋਕਾਂ ਨੂੰ, ਹੈ ਨਾ ਜੀ, ਮੇਰੀ ਫਿਲਮ ਲੱਗੀ ਆ, ਸੋ ਮੈਂ ਮਿਹਨਤ ਕੀਤੀ ਆ, ਸੋ ਮੇਰੀ ਮਿਹਨਤ ਨੂੰ ਬੂਰ ਲੱਗੇ, ਹੈ ਨਾ, ਫਸਲ ਰੁੱਖ ਲੱਗਦਾ, ਰੁੱਖ ਨੂੰ ਜਦੋਂ ਫਲ ਲੱਗਦਾ ਆ, ਬੂਰ ਪੈਂਦਾ ਆ, ਜਿੰਨਾ ਵਧੀਆ ਬੂਰ ਪੈਂਦਾ ਉੰਨਾ ਹੀ ਉਹ ਜਿਹਦਾ ਫਲ ਰੁੱਖ ਹੁੰਦਾ ਉਹ ਖੁਸ਼ ਹੁੰਦਾ। ਹੁਣ ਮੇਰਾ ਮੇਰੀ ਰੁੱਖ ਆ ਇਹ ਫਿਲਮ, ਇਹਦੇ ਵਿੱਚ ਫਸਲ ਆ, ਹੁਣ ਮੇਰੀ ਫਸਲ ਦਾ ਝਾੜ ਵੱਧਦਾ ਵੀ ਮੈਨੂੰ ਖੁਸ਼ੀ ਹੋਊਗੀ ਜੀ। ਉਹ ਕਹਿੰਦੇ ਨਹੀਂ ਅਗਲੀ ਸਾਹ ਅਗਲੇ ਸਾਹ ਗਾਲ ਦੇ ਇਹਨੂੰ, ਥੋੜ੍ਹਾ ਅੱਗੇ ਅੱਗੇ ਥੋੜ੍ਹਾ ਟਾਈਮ ਬਾਅਦ ਰਿਲੀਵ, ਉਹ ਫਿਰ ਉਹਦਾ ਕੀ ਹੋਊਗਾ, ਹੈ ਨਾ। ਸੋ ਐਵੇਂ ਆ ਜੀ, ਓ ਟੀ ਟੀ 'ਤੇ ਵੀ ਪਿੱਚ ਕਰਕੇ ਵੇਖ ਲਈ, ਉੱਥੇ ਵੀ ਘੜਾਮ ਚੌਧਰੀ ਬੈਠੇ, ਕੋਈ ਹੈ ਨੀਗਾ, ਮਤਲਬ ਉਹ ਨਹੀਂ ਵਧੀਆ ਹੈਗਾ ਲੱਗਦਾ, ਚੌਧਰੀ ਨਹੀਂ, ਤੁਸੀਂ ਆਪਦਾ ਕੰਮ ਵਧੀਆ ਵਫਾਦਾਰੀ ਨਾਲ ਕਰੋ, ਜੇ ਕੋਈ ਸੋਹਣਾ ਚੀਜ਼ ਬਣਾਈ ਹੈ ਉਹਨੂੰ ਆਉਣ ਦਿਓ ਜੀ, ਐਵੇਂ ਆ। ਅਸੀਂ ਨਾ ਅਕਸਰ ਦੇਖੀਦਾ ਕਿ ਜਿਹੜੇ ਸਟਾਰਸ ਹੁੰਦੇ ਨੇ ਬੋਲੀਵੁੱਡ ਦੇ ਵਿੱਚ ਕੰਮ ਕਰਨ ਦਾ ਵੀ ਸੁਪਨਾ ਦੇਖਦੇ ਨੇ, ਪੰਜਾਬੀ ਇੰਡਸਟਰੀ 'ਚ ਕੰਮ ਕਰ ਲਿਆ, ਉਸ ਤੋਂ ਬਾਅਦ ਉਹਨਾਂ ਦਾ ਨੈਕਸਟ ਟਾਰਗੇਟ ਬੋਲੀਵੁੱਡ ਹੁੰਦਾ ਆ। ਬਟ ਤੁਸੀਂ ਅੱਜ ਇਹ ਸਟੇਟਮੈਂਟ ਦਿੱਤੀ ਇੱਕ ਇੰਟਰਵਿਊ ਦੇ ਵਿੱਚ, ਮੈਂ ਦੇਖ ਰਹੀ ਸੀ ਕਿ ਮੈਂ ਬੋਲੀਵੁੱਡ ਦੇ ਵਿੱਚ ਬਾਅਦ ਵਿੱਚੋਂ ਵੀ ਕੰਮ ਨਹੀਂ ਕਰੂੰਗਾ ਜੇ ਅੱਜ ਮੇਰੀ ਪੰਜਾਬੀ ਨੂੰ ਖਤਰਾ ਆ। ਹਾਂ, ਮੈਂ ਸੱਚੀ ਮੇਰੀ ਪੰਜਾਬੀ ਨੂੰ, ਮੈਂ 3-4 ਆ ਪਿਛਲੇ ਜੂਨ ਜੁਲਾਈ 'ਚ ਮੈਂ ਇੱਕ ਫਿਲਮ ਕਰਨੀ ਸੀ, ਉਹ ਸਾਡੀ ਹੋਈ ਨਹੀਂ, ਪੰਜਾਬੀ ਫਿਲਮ ਸੀ, ਉਹਦੇ ਕਰਕੇ ਪਹਿਲਾਂ ਮੈਂ ਮਈ 'ਚ ਕਰ ਫਰਵਰੀ 'ਚ ਕਰਨੀ ਸੀ ਫਿਲਮ ਰਿਲੀਜ਼, ਇਹ ਉਹਦੇ ਕਰਕੇ ਮੈਂ ਲੇਟ ਹੋ ਗਿਆ, ਉਹ ਮੇਰਾ ਮਿੱਤਰ ਇੱਕ ਆਇਆ ਸੀਗਾ, ਉਹਦੇ ਕਰਕੇ ਫਿਲਮ ਨਹੀਂ ਬਣੀ ਹੈਗੀ, ਤਾਂ ਥੋੜ੍ਹਾ ਸਾਨੂੰ ਆਰਟਿਸਟ ਦਾ ਸਾਨੂੰ ਐਕਟਰਸ ਚਾਹੀਦੀ ਸੀ, ਕੁੜੀ ਜਿਹੜੀ ਮੇਨ ਲੀਡ ਸੀਗੀ ਉਹ ਸਾਨੂੰ ਨਹੀਂ ਲੱਭੀ, ਮਤਲਬ ਐਕਟ ਉਹ ਉੱਥੇ ਓਡੀਸ਼ਨ ਲਏ ਮੁੰਡੇ ਨੇ, ਨਹੀਂ ਹੋਇਆ ਨਾ, ਤਾਂ ਉਦੋਂ ਫਿਲਮਾਂ ਸੀਗੀਆਂ, ਬੋਲੀਵੁੱਡ ਦੀ ਫਿਲਮ ਆਈ ਸੀ, ਵੱਡੇ ਬਹੁਤ ਵੱਡੇ ਕਲਾਕਾਰ ਨਾਲ ਬੋਲੀਵੁੱਡ ਦੇ, ਜਿਹੜੇ ਮਤਲਬ ਜਿਹੜੇ ਵੀ ਫਿਲਮਾਂ ਖਾ ਲੈਂਦੇ ਆ, ਤਾਂ ਮੈਂ ਉਹਨਾਂ ਨੂੰ ਮਨਾ ਕੀਤਾ, ਉਹਨਾਂ ਨੂੰ ਅਖੀਰ ਉਹ ਮੇਰੇ ਪਿੱਛੇ ਪਏ ਸੀਗੇ, ਮੈਂ ਉਦੋਂ ਫਿਲਮ ਕਰਨੀ ਸੀ, ਮੈਂ ਕਿਹਾ ਨਹੀਂ ਕਰ ਸਕਦਾ, ਉਹ ਮੈਂ ਉਹਨਾਂ ਨੇ ਕਿਹਾ ਕਿ ਮੇਰੀ ਡੱਬਿੰਗ ਕਰਾਉਣੀ ਪੈਣੀ, ਮੇਰੀ ਪੰਜਾਬੀ ਵਧੀਆ, ਪੰਜਾਬੀ ਹਿੰਦੀ ਐਕਸੈਂਟ ਮੇਰੀ ਵਧੀਆ ਨਹੀਂ ਹੈਗੀ, ਹੈ ਨਾ। ਹੁਣ ਵੀ ਮੇਰੇ ਤੋਂ ਆਏ ਹੋਏ ਆ ਵੱਡੇ ਕਲਾਕਾਰ ਦੇ ਨਾਲ, ਮੈਨੂੰ ਮੇਨ ਵਿਲਨ ਦਾ ਫਿਲਮ ਦੇ ਵੈਬ ਸੀਰੀਜ਼ ਆ, ਹੌਟ ਸਟਾਰ ਦੀ ਵੈਬ ਸੀਰੀਜ਼ ਆ, ਉਹਦੇ 'ਚ ਮੇਨ ਵਿਲਨ ਦਾ ਆਡੀਸ਼ਨ ਮੰਗਦੇ ਆ, ਮੈਂ ਉਹਨਾਂ ਨੂੰ ਕਿਹਾ 10 ਤਰੀਕ ਤੋਂ ਬਾਅਦ ਕਰ ਸਕਦਾ ਮੈਂ, ਮੇਰੇ ਤੋਂ ਆਉਂਦੇ ਆ, ਹੁਣ ਤਾਂ ਮੈਂ ਦੇਖ ਲਿਆ ਵੀ ਮੇਰੀ ਫਿਲਮ ਨਹੀਂ ਇਹਨਾਂ ਕਰਕੇ ਖਤਰਾ, ਮੈਂ ਤਾਂ ਕਦੀ ਵੀ ਨਹੀਂ ਕਰੂੰ, ਮੈਂ ਆਪਣੀਆਂ ਫਿਲਮਾਂ, ਇਹ ਤਾਂ ਪਹਿਲਾਂ ਤਾਂ ਮੈਂ ਸੋਚਦਾ ਥੋੜ੍ਹਾ ਬਹੁਤ ਕਿਤੇ ਬੰਦਾ ਖਿਆਲ ਕਰ ਲੈਂਦਾ ਕਿ ਅੱਛਾ ਕਰਨ ਲਈਏ, ਹੁਣ ਤਾਂ ਜਮਾਂ ਹੀ ਨਹੀਂ ਖਿਆਲ 'ਚੋਂ ਕਰਤਾ, ਹੁਣ ਨਹੀਂ ਕਰਨਾ, ਆਪਾਂ ਪੰਜਾਬੀ ਫਿਲਮਾਂ ਵੀ ਮੂਲ ਰੱਖਾਂਗੇ।
ਮੈਂ ਕਰਕੇ ਜਾਊਂਗਾ ਹੁਣ ਤਾਂ ਜੀ ਹਾਂ ਮੈਨੂੰ ਮੈਂ ਆਪਣੀ ਫਿਲਮਾਂ ਪਹਿਲਾਂ ਤਾਂ ਮਾੜਾ ਮੋਟਾ ਬੰਦਾ ਕਰ ਸੋਚ ਲੈਂਦਾ ਕਿ ਚੱਲ ਯਾਰ ਉੱਧਰ ਚੱਲੀ ਹੁਣ ਮੈਂ ਜੀ ਉੱਧਰ ਚੱਲ ਜਾਵਾਂ ਫਿਰ ਮੈਨੂੰ ਫਿਰ ਇਹਨਾਂ ਨੇ ਮੈਨੂੰ ਵੀ ਗਾਲਾਂ ਕੱਢਣੀਆਂ ਮਤਲਬ
कि थोड़े ते आ के कोई राज किवें करे, है ना। जे कोई माड़ा मोटा कर जांदा तुसीं उहनूं गाला कढ़दे आ। हुण उह इहदे च फिल्म देख लिओ जिहड़ी लगी हुई आ, उहदे विच एक सिख आ मुंडा मूहरे हीरो जिहड़ा सिगटा पींदा जा रहा, ते पिछे सिख मुंडे पग्गां बन्न के तुरे जा रहे आ। हुण जे मैं इही कर देवां मैनूं गालां पैणगियां। उहनां नूं क्यों नहीं कुछ कहा गया, उहदी फिल्म उहनां नूं काहते वेखी जा रहे आ। मेरी फिल्मां नूं वी वेखण प्लीज़ यार, मैनूं सिनेमा चाहिए आ जी, बस मेरी इन्ना ही आ, मेरी लड़ाई ही आ जी। हुण ਸਾਡੀ ਜਿਹੜੀ ਗੌਰਮੈਂਟ ਆ ਜਾਂ ਸੀਐਮ ਸਾਹਿਬ ਨੇ, ਉਹ ਖੁਦ ਵੀ ਥੀਏਟਰ ਦੇ ਨਾਲ ਸੰਬੰਧਿਤ ਰਹੇ ਨੇ, ਉਹਨਾਂ ਦੀ ਵੀ ਉਹਨਾਂ ਨੇ ਪੰਜਾਬੀ ਭਾਸ਼ਾ ਦੀ ਕਹਿ ਲਈ ਜਾਂ ਪੰਜਾਬੀ ਆਰਟ ਦੀ ਸਿਨੇਮਾ ਦੀ ਕਾਫੀ ਸੇਵਾ ਕੀਤੀ ਹੈ। ਕਿਸੇ ਨਾ ਕਿਸੇ ਤਰੀਕੇ ਉਹਨਾਂ ਨੂੰ ਅਪਰੋਚ ਕਰਨ ਦੀ ਜਾਂ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ? ਹਾਂਜੀ ਮੈਂ ਕਰ, ਬਟ ਇਹ ਤੋਂ ਜ਼ਿਆਦਾ ਕਰਨੀ ਪਊਗੀ, ਹੈ ਨਾ ਜੀ, ਹੈ ਨਾ ਜੀ। ਪੋਲੀਟੀਕਲੀ ਜਾਂ ਇੱਕ ਕਲਾਕਾਰ ਹੁੰਦੇ ਨੇ, ਉਹਨਾਂ ਦੇ 100 ਲਿੰਕ ਹੁੰਦੇ, ਮੇਰੇ ਇੰਨੇ ਹੈ ਨਹੀਂ ਗੇ ਜੀ, ਮੇਰੇ ਥੋੜ੍ਹੇ ਬਹੁਤੇ ਹੈਗੇ, ਮੈਂ ਉਹਨਾਂ ਨੂੰ ਕਹਿ ਲੈਂਦਾ ਫਿਰ ਜੇ ਉਹ ਨੇ ਇੱਕ ਦੋ ਦਿਨ, ਕਿਉਂਕਿ ਉਹਨਾਂ ਤੱਕ ਸਮਾਂ ਲੱਗਦਾ। ਉਹ ਉਹਨਾਂ ਦੇ ਆਪਦੇ ਸਭ ਦੇ ਰੁਝੇਵੇਂ ਆ, ਕੋਈ ਸਰਕਾਰ ਚਲਾ ਰਿਹਾ ਕੋਈ ਉਹ ਕਰ ਰਿਹਾ, ਤਾਂ ਉਹਨਾਂ ਦੇ ਰੁਝੇਵੇਂ ਆ, ਉਹ ਪਹਿਲਾਂ ਹੀ ਮਹੀਨਿਆਂ ਵਧੀ ਦੀ ਉਹਨਾਂ ਦੀ ਪਲੈਨਿੰਗ ਹੋ ਚੁੱਕੀ ਹੁੰਦੀ ਆ, ਦਿਨ ਮਿੱਥੇ ਜਾ ਚੁੱਕੇ ਨੇ। ਜਿਵੇਂ ਮੈਂ ਹੁਣ ਦਿਨ ਮਿੱਥਿਆ ਹੋਇਆ ਆ, ਹੈ ਨਾ, ਅੱਜ ਦਾ ਦਿਨ ਮੈਂ ਮਿੱਥਿਆ ਹੋਇਆ, ਤੂੰ ਇੱਥੇ ਹੀ ਸਮਾਂ ਆ ਜਾ, ਹੈ ਨਾ ਜੀ। ਕਰਕੇ ਐਵੇਂ ਹੀ ਆ, ਹਰੇਕ ਦੇ ਰੁਝੇਵੇਂ ਆ ਜੀ। ਮੈਂ ਕਰ ਰਿਹਾ ਕੋਸ਼ਿਸ਼ ਤਾਂ ਕਿ ਆਉਣ ਵਾਲੇ ਜਿਹੜੇ ਕਲਾਕਾਰ ਆ ਉਹਨਾਂ ਲਈ ਮਤਲਬ ਉਹਨਾਂ ਨੂੰ ਉਹਨਾਂ ਦੀ ਰਿਸਪੈਕਟ ਕੀਤੀ ਜਾ ਸਕੇ। ਜੇ ਕੋਈ ਕਲਾਕਾਰ ਆ ਤਾਂ ਉਹਨਾਂ ਦੀ ਰਿਸਪੈਕਟ ਕੀਤੀ ਜਾਵੇ, ਕਿਉਂਕਿ ਮੇਰੀ ਕਿਰਤ ਹੈ ਜੀ, ਇਹ ਮੇਰੀ ਕਿਰਤ ਆ। ਸੋ ਜਿਹੜੀ ਹੋਰ ਵੀ ਕਿਰਤਾਂ ਸੀਡੀਆਂ 'ਚ, ਡੱਬਿਆਂ 'ਚ, ਹਾਰਡ ਡਰਾਈਵਾਂ 'ਚ ਸੇ ਨੇ, ਉਹਨਾਂ ਨੂੰ ਵੀ ਉਹਨਾਂ ਦੀ ਕਿਰਤ ਨੂੰ ਬੂਰ ਚੜੇ, ਬਸ ਇਹੀ ਹੈ। ਮੇਰਾ ਆਖਰੀ ਸਵਾਲ ਇਹ ਹੈ ਕਿ ਕੁਝ ਮਹੀਨੇ ਪਹਿਲਾਂ ਅਜਿਹਾ ਹੋਇਆ ਸੀ ਐਕਟਰ ਜੈ ਰੰਧਾਵਾ ਦੇ ਨਾਲ, ਬਟ ਉਦੋਂ ਉਹਨਾਂ ਦਾ ਕਲੈਸ਼, ਇੱਕ ਬਾਲੀਵੁੱਡ ਫਿਲਮ ਵੀ ਸੀ, ਇੱਕ ਪੰਜਾਬੀ ਫਿਲਮ ਵੀ ਸੀ, ਉਹਨਾਂ ਨੇ ਸਾਰਾ ਮੀਡੀਆ ਇਕੱਠਾ ਕੀਤਾ, ਜਿਸ ਤੋਂ ਬਾਅਦ ਉਹ ਇਮੋਸ਼ਨਲ ਵੀ ਹੋਏ, ਹੈ ਨਾ, ਉੱਥੇ, ਅਤੇ ਉਸ ਤੋਂ ਬਾਅਦ ਉਹਨਾਂ ਦੀ ਫਿਲਮ ਰਿਲੀਜ਼ ਵੀ ਹੋਈ ਅਤੇ ਉਹਨਾਂ ਨੂੰ ਸ਼ੋਜ਼ ਵੀ ਮਿਲੇ, ਫਿਲਮ ਨੇ ਚੰਗਾ ਕੰਮ ਵੀ ਕੀਤਾ। ਤੁਹਾਨੂੰ ਇਹ ਉਮੀਦ ਹੈਗੀ ਹੈ ਕਿ ਹੁਣ ਜਦੋਂ ਮੀਡੀਆ ਤੁਹਾਡੀ ਸਪੋਰਟ ਦੇ ਵਿੱਚ ਆ ਚੁੱਕਿਆ ਹੈ, ਜਾਂ ਕਹਿ ਲਈਏ ਤੁਹਾਡੇ ਲਈ ਅਸੀਂ ਆਏ ਹਾਂ, ਤੁਹਾਡੀ ਆਵਾਜ਼ ਜਦੋਂ ਲੋਕਾਂ ਤੱਕ ਪਹੁੰਚੇਗੀ ਤਾਂ ਤੁਹਾਨੂੰ ਵੀ ਇਹੀ ਰਿਸਪੋਂਸ ਮਿਲੇ? ਹਾਂਜੀ, ਮੈਨੂੰ ਚਾਹੀਦਾ ਜੀ ਰਿਸਪੋਂਸ, ਮੈਂ ਤਾਂ ਖੁਸ਼ ਹੋਵਾਂਗਾ। ਮੈਂ ਤਾਂ ਭੰਗੜਾ ਢੋਲੀ ਲਿਆਵਾਂਗਾ ਜੀ, ਮੈਨੂੰ ਭੰਗੜਾ ਕੋਲੋਂ ਮੈਂ ਢੋਲੀ ਲਿਆ ਕੇ ਭੰਗੜਾ ਜਿੱਦਾਂ ਦਾ ਵੀ ਪਾ ਸਕਿਆ, ਲੰਗੜਾ ਭੰਗੜਾ ਪਾ ਲੂੰਗਾ ਜੀ ਮੈਂ। ਹਾਂਜੀ, ਮੈਨੂੰ ਚਾਹੀਦਾ ਜੀ, ਕਿਉਂਕਿ ਮੈਨੂੰ ਮੇਰੀ ਜਦੋ ਜਦੀ ਚੱਲਦੀ ਵੀ 8 ਤਰੀਕ ਨੂੰ ਮੈਂ ਕਰਨੀ ਆ ਫਿਲਮ, ਮੈਨੂੰ ਸ਼ੋਅ ਚਾਹੀਦੇ ਆ, ਕਿਉਂਕਿ ਮੈਂ ਉਸ ਬਿਨਾਂ ਫਿਰ ਮੈਂ ਕੀ ਕਰੂੰਗਾ ਇਹ ਫਿਲਮ ਬਣਾ ਕੇ, ਫਿਰ ਜਾਂ ਤਾਂ ਮੈਂ ਕਦੀ ਦਿਖਾਊਂਗਾ ਹੀ ਨਹੀਂ ਕਿਸੇ ਨੂੰ ਫਿਲਮ, ਇਹੀ ਹੋ ਸਕਦਾ। ਫਿਰ ਮੈਂ ਯੂਟਿਊਬ 'ਤੇ ਪਾ ਕੇ, ਯੂਟਿਊਬ 'ਤੇ ਤਾਂ ਲਾਸਟ ਆਪਸ਼ਨ ਆ, ਹੈ ਨਾ ਜੀ, ਲਾਸਟ ਆਪਸ਼ਨ ਆ। ਸੱਚੀ ਕਹਿੰਦਾ, ਸੋਹਣੀ ਫਿਲਮ ਆ, ਮਾੜੀ ਫਿਲਮ ਨਹੀਂ ਬਣਾ ਸਰ। ਲੋਕ ਕਹਿੰਦੇ ਆ, ਜਿੰਨੇ ਵੀ ਮਿਲਦੇ, ਮੇਰੇ ਕਲਾਕਾਰ ਵੀ ਮੈਨੂੰ ਕਹਿੰਦੇ, ਤੇਰਾ ਕੰਟੈਂਟ ਅਸੀਂ ਪਰਿਵਾਰ 'ਚ ਬਹਿ ਕੇ ਦੇਖ ਲੈਂਦੇ। ਸੱਚੀ ਇਹ ਵੀ ਪਰਿਵਾਰ ਵਾਲੀ ਫਿਲਮ ਆ, ਵੱਖ ਪਰਿਵਾਰ ਵਾਲੀ ਫਿਲਮ, ਸੋਹਣੀ ਪੰਜਾਬੀ ਫਿਲਮ ਆ। ਡੂ ਵਾਚ ਆਹ ਕੁਝ ਯਾਰ, ਮਤਲਬ ਇਹੀ ਕਹਿ ਸਕਦਾ ਵੀ ਸਿਨੇਮੇ ਵਾਲਿਆਂ ਨੂੰ ਤੁਸੀਂ ਜਾ ਕੇ ਕਹਿਣਾ ਆ, ਹੁਣ ਤੁਹਾਡਾ ਫਰਜ਼ ਆ ਕਿ ਤੁਸੀਂ ਇਹ ਸਾਡੀ ਫਿਲਮ ਨੂੰ, ਇੱਕ ਰਜ਼ਾ ਇਸ਼ਕ ਨਾਂ ਦੀ ਫਿਲਮ ਆ, ਉਹਨੂੰ ਲਵਾਓ, ਅਸੀਂ ਦੇਖਣੀ ਆ। ਥੈਂਕ ਯੂ ਸੋ ਮੱਚ ਐਂਡ ਆਲ ਦਾ ਵੈਰੀ ਬੈਸਟ। ਮੇਰੀ ਦਰਸ਼ਕਾਂ ਨੂੰ ਵੀ ਰਿਕੁਐਸਟ ਹੈ ਕਿ ਜ਼ਰੂਰ ਵੇਖੋ ਇਹਨਾਂ ਦੀ ਫਿਲਮ, ਅਤੇ ਦੁਆਬੇ ਵਾਲੇ ਜ਼ਰੂਰ ਦੇਖੋ, ਸਾਡੇ ਵੱਲ ਦਾ ਮੁੰਡਾ ਹੁਸ਼ਿਆਰਪੁਰ ਦੇ ਨੇ, ਹਰ ਫਾਰਮਰ, ਸੋ ਜ਼ਰੂਰ ਵੇਖ ਕੇ ਆਓ ਇਹਨਾਂ ਦੀ ਫਿਲਮ ਜਦੋਂ ਵੀ ਰਿਲੀਜ਼ ਹੁੰਦੀ ਹੈ, ਅਤੇ ਤੁਸੀਂ ਇਹਨਾਂ ਨੂੰ ਸਪੋਰਟ ਜ਼ਰੂਰ ਕਰੋ, ਅਤੇ ਰਿਕੁਐਸਟ ਕਰੋ ਜਿਵੇਂ ਇਹਨਾਂ ਨੇ ਕਿਹਾ ਕਿ ਹਾਂ ਅਸੀਂ ਇਹ ਫਿਲਮ ਦੇਖਣੀ ਹੈ। ਸੋ ਰਜ਼ਾ ਇਸ਼ਕ ਆਵੇਗੀ ਜਲਦੀ ਹੀ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ। ਧੰਨਵਾਦ।